ਇੱਕ ਕੱਪੜਾ ਵਪਾਰੀ ਦੇ ਨਾਲ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਕੱਪੜਾ ਵਪਾਰੀ ਦਾ ਕਿਸੇ ਦੇ ਨਾਲ ਪੈਸਿਆਂ ਨੂੰ ਲੈ ਕੇ ਲੈਣ ਦੇਣ ਸੀ ਅਤੇ ਜਦੋਂ ਕੱਪੜਾ ਵਪਾਰੀ ਨੇ ਉਸ ਲੈਣ ਦੇਣ ਨੂੰ ਲੈ ਕੇ ਫੋਨ ਕੀਤਾ ਕਿ ਉਸਦੀ ਪੇਮੈਂਟ ਉਸਨੂੰ ਦਿੱਤੀ ਜਾਵੇ ਤਾਂ ਗੁੱਸੇ ਦੇ ਵਿੱਚ ਆਈ ਦੂਜੀ ਧਿਰ ਨੇ ਉਸਦੇ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ। ਹਾਲਾਂਕਿ ਹਮਲਾ ਹੀ ਨਹੀਂ, ਪਹਿਲਾਂ ਤਾਂ ਉਸਦੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬੱਚਿਆਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਅਤੇ ਜਾਂਦੇ ਜਾਂਦੇ ਦੂਸਰੀ ਧਿਰ ਦੇ ਵੱਲੋਂ ਜੋ ਘਰ ਦੇ ਬਾਹਰ ਇੱਟਾਂ ਰੋੜੇ ਪਏ ਸੀ ਉਹ ਵੀ ਉਸਦੇ ਘਰ ਦੇ ਉੱਤੇ ਬਰਸਾ ਦਿੱਤੇ ਜਾਂਦੇ ਨੇ, ਜਿਸ ਦੇ ਕਾਰਨ ਘਰ ਦਾ ਸਾਰਾ ਹੀ ਕੱਚ ਜੋ ਹੈ ਉਹ ਟੁੱਟ ਕੇ ਚੱਕਨਾ ਚੂਰ ਹੋ ਗਿਆ ਤਾਂ ਸ਼ੀਸ਼ੇ ਵੀ ਖਿੜਕੀਆਂ ਦੇ ਭੰਨ ਦਿੱਤੇ ਗਏ ਨੇ। ਤਾਂ ਦੱਸ ਦਈਏ ਕਿ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕੱਪੜਾ ਵਪਾਰੀ ਨੂੰ ਆਪਣੇ ਹੀ ਪੈਸੇ ਮੰਗਣਾ ਮਹਿੰਗੇ ਸਾਬਿਤ ਪੈ ਗਿਆ ਕਿਉਂਕਿ ਉਸਦੇ ਨਾਲ ਹੀ ਕੁੱਟਮਾਰ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ 3 ਮਹੀਨੇ ਤੋਂ ਉਸਦਾ ਕਿਸੇ ਦੇ ਨਾਲ ਪੈਸਿਆਂ ਨੂੰ ਲੈ ਕੇ ਲੈਣ ਦੇਣ ਚੱਲ ਰਿਹਾ ਸੀ। ਜਦੋਂ ਪੇਮੈਂਟ ਨਹੀਂ ਆਈ ਤਾਂ ਉਸਨੇ ਉਹਨਾਂ ਨੂੰ ਫੋਨ ਕਰਕੇ ਪੈਸੇ ਪਹੁੰਚਾਉਣ ਦੇ ਲਈ ਕਿਹਾ, ਪਰ ਗੁੱਸੇ ਦੇ ਵਿੱਚ ਆਈ ਦੂਜੀ ਧਿਰ ਨੇ ਉਸਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ। ਕੱਪੜਾ ਵਪਾਰੀ ਦੇ ਨਾਲ ਜਿੱਥੇ ਕੁੱਟਮਾਰ ਕੀਤੀ ਗਈ ਉੱਥੇ ਹੀ ਉਸਦੀ ਪਤਨੀ ਅਤੇ ਬੱਚਿਆਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਦੁਖੀ ਹੋਏ ਕੱਪੜਾ ਵਪਾਰੀ ਨੇ ਹੁਣ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਅਤੇ ਪੁਲਿਸ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਪਰ ਇਸੇ ਦੇ ਵਿਚਕਾਰ ਤੁਹਾਨੂੰ ਦੱਸ ਦਈਏ ਕਿ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਸਮੇਂ ਦੂਜੀ ਧਿਰ ਦੇ ਵੱਲੋਂ ਕੱਪੜਾ ਵਪਾਰੀ ਦੇ ਘਰ 'ਤੇ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਬੇਰਹਿਮ ਤਰੀਕੇ ਦੇ ਨਾਲ ਵੜ ਕੇ ਅੰਦਰ ਘਰ ਦੇ ਕੁੱਟਮਾਰ ਕੀਤੀ ਗਈ ਹੈ। ਅਤੇ ਇਸੇ ਦੌਰਾਨ 2 ਸ਼ਖਸ ਬਾਈਕ ਦੇ ਉੱਤੇ ਜਾਂਦੇ ਹੋਏ ਵੀ ਨਜ਼ਰ ਆ ਰਹੇ ਨੇ, ਹਾਲਾਂਕਿ 4 ਲੋਕ ਦੱਸੇ ਜਾ ਰਹੇ ਹਨ ਅਤੇ ਇੱਕ ਲੇਡੀਜ਼ ਵੀ ਬਾਈਕ ਦੇ ਪਿੱਛੇ ਬੈਠੀ ਨਜ਼ਰ ਆ ਰਹੀ ਹੈ। ਸੁਬਹ ਮੈਂ ਸੋ ਕੇ ਉੱਠਾ, ਮੈਨੂੰ ਅਚਾਨਕ ਸੇ ਫੋਨ ਆਇਆ, ਕਹਿਣਾ ਹਮ ਤੁਹਾਰੇ ਘਰ ਪੇ ਆ ਰਹੇ ਔਰ ਤੁਹਾਰੀ ਇਹ ਕਰੇਂਗੇ, ਤੁਹਾਰੀ ਵੋ ਕਰੇਂਗੇ, ਇਹ ਕਰੇਂਗੇ, ਤੁਮਨੇ ਮੁੰਡੇ ਕੋ ਪੈਸੇ ਮੰਗੇ ਔਰ ਜਬ ਹੋਗੇ ਤਬ ਦੇਂਗੇ। ਮੈਂ ਕਿਹਾ ਭਾਈ ਮੇਰੇ ਘਰ ਕਿਉਂ ਆਨੇ ਕਾ, ਮਤਲਬ ਮੈਂ ਦੁਕਾਨ ਪੇ ਆਊਂਗਾ 10 ਵਜੇ, ਵਹਾਂ ਬੈਠ ਕੇ ਬਾਤ ਕਰੇਂਗੇ, ਕੋਈ ਮੈਟਰ ਹੋਗਾ। ਅਚਾਨਕ 8:30 ਵਜੇ ਕਰੀਬ 4 ਬੰਦੇ ਆਏ ਸਾਹਮਣੇ, ਬਰਾਬਰ ਮੈਂ ਮਕਾਨ ਬਣਨਾ, ਕੋਈ ਗਾਸ ਨਹੀਂ ਪਾਲੇ ਮੇਰੇ ਅੰਦਰ ਗਏ ਕਮਰੇ, ਮੇਰੀ ਘਰਵਾਲੀ ਕੋਈ ਜਾਂ ਈਂਟ ਮਾਰੀ, ਮੇਰੀ ਗੁੜੀਆ ਕੋ 2-3 ਥੱਪੜ ਮਾਰੇ, ਮੁੰਜੇ 2-3 ਥੱਪੜ ਮਾਰੇ, ਫਿਰ ਬਾਹਰ ਨਿਕਲ ਕਰਨਾ, ਇਹ ਜੋ ਈਂਟ ਰੱਖੀ ਯਹਾਂ ਪੇ ਮੇਰੇ ਘਰ ਪਰ ਬਰਸਾਣੀ ਸ਼ੁਰੂ ਕਰ ਦੀ, ਸਾਰਾ ਮੁਹੱਲਾ ਮੇਰਾ ਗਵਾ ਇਸ ਚੀਜ਼ ਕਾ, ਸਾਰਾ ਮੁਹੱਲਾ ਦੇਖਦਾ। ਕਿਆ ਉਨਕੇ ਪਾਸ ਕੋਈ ਹਥਿਆਰ ਵਗੈਰਾ ਵੀ ਤੇ? ਨਹੀਂ ਸਰ, ਹਥਿਆਰ ਕਾ ਮੇਰੇ ਧਿਆਨ ਨਹੀਂ, ਮੈਂ ਆਪਣੇ ਬੱਚੇ ਬਚਾਉਣੇ ਮੈਂ ਲਗਾ ਥਾ ਜੀ, ਕਿਉਂਕਿ ਇਤਨੀ ਇੱਟੇ ਬਜਰੀ ਤੀ, ਮੇਰੇ ਛੋਟੇ 2 ਬੱਚੇ ਹੈ ਗੁੜੀਆਂ ਮੇਰੀ। ਕਿਉਂ ਇੱਟੇ ਬਸਾਈ ਕਿਉਂ, ਕਿਆ ਮਾਮਲਾ ਕਿਆ ਹੈ? ਸਰ ਹਮਾਰੇ ਨਾ ਪੈਸੇ, ਹਮ ਪੈਸੋ ਕਾ ਲੈਣ ਦੇਣਾ, ਹਮ ਉਨਸੇ ਪੈਸੇ ਲੈਣੇ, ਹਾਂ ਤੋ ਪੈਸੇ ਲਗਭਗ 3 ਮਹੀਨੇ ਕੇ ਸਭ ਜ਼ਿਆਦਾ ਪੈਸੇ ਟਾਈਮ ਹੋ ਗਿਆ ਜਿਸ ਕੋ। ਸ਼ਨੀਵਾਰ ਕੋ ਫੋਨ ਕਿਆ ਕਹਿਣਾ, ਅਗਲੇ ਹਫਤੇ ਕਰੇਂਗੇ ਜੀ, ਹਮਨੇ ਕੱਲ ਮੰਡੇ ਕੋ ਫੋਨ ਨਹੀਂ ਕਿਆ, ਕੱਲ ਫੋਨ ਕਿਆ, ਕੱਲ ਪੁੱਛਾ ਬਾਈ ਪੈਸੇ, ਤੋ ਉਸਨੇ ਕਹਾ ਜਬ ਹੋਗੇ ਤਬ ਦੇਂਗੇ। ਕੋਈ ਬੰਦੇ ਜ਼ਖਮੀ ਵੀ ਹੋਏ ਹਨ? ਹਾਂ, ਮੇਰੀ ਘਰਵਾਲੀ ਕੇ ਸਰ ਯਹਾਂ ਪੇ ਵੋ ਸਾਈ CMC ਲੈ ਗਏ, ਮੁਝੇ ਪਤਾ ਨਹੀਂ ਅਭੀ, ਯਹਾਂ ਪੇ ਆਂਖ ਪਰ ਪਤਾ ਨਹੀਂ ਆਂਖ ਬਚੇਗੀ ਨਹੀਂ ਬਚੇਗੀ, ਇੱਟ ਲੱਗੀ ਯਹਾਂ ਪੇ। ਔਰ ਕਿੰਨੇ ਬੰਦੇ ਜ਼ਖਮੀ? ਬਸ ਇੱਕ ਮੇਰੀ ਗੁੜੀਆ ਕੋ, ਉਹਨਾਂ ਉਸਕੀ ਘਰਵਾਲੀ ਚਪੇੜੇ ਮਾਰੀ ਮੇਰੀ ਗੁੜੀਆ। ਨੁਕਸਾਨ ਵੀ ਹੋਇਆ ਕੋਈ ਅੰਦਰ? ਸਰ ਅੰਦਰ ਜਾ ਕੇ ਦੇਖ ਲਓ, ਬਹੁਤ ਸਾਰਾ ਨੁਕਸਾਨ ਹੈ, ਮੇਰੀ ਮੋਟਰਸਾਈਕਲ ਸਾਰੀ ਬੰਨ ਦੀ, ਸਕੂਟਰ ਸਾਰਾ ਬੰਨ ਦਿਆ, ਜਿੱਦਾਂ ਆਪਣਾ ਮਕਾਨ ਦੇਖ ਰਿਹਾ ਸਾਹਮਣੇ ਸਾਰੇ ਸਿੱਸੇ ਬੰਨ ਗਏ। CCTV ਵਗੈਰਾ ਲੱਗੇ ਹੋਏ? ਹਾਂਜੀ ਹਾਂਜੀ, ਸਭ ਲੱਗੇ ਜੀ। ਇਹ ਮੇਰੀ ਗੁੜੀਆ, ਹਾਂ ਦੇਖੋ CCTV ਮੈਂ ਆਇਆ ਸਭ ਕੁਝ। ਹਾਂਜੀ ਹਾਂਜੀ ਸਭ ਕੁਝ, ਮੌਕੇ ਪੇ ਪੁਲਿਸ ਕੋ ਬੁਲਾਇਆ? ਹਾਂਜੀ ਬੁਲਾਇਆ। ਉਸਕੇ ਬੜੇ ਵਾਲੇ ਲੜਕੇ ਨਾਲ ਜਵਾਨੀ ਦੇ ਕੇ ਚਾਟੇ ਮਾਰੇ? ਪੁਲਿਸ ਪਹੁੰਚ ਗਈ ਮੌਕੇ ਪੇ? ਹਾਂਜੀ ਪੁਲਿਸ ਪਹੁੰਚੀ ਮਾਂ ਪੇ ਮੌਕੇ ਪੇ। ਅਭੀ ਕੀ ਮੰਗ ਕੇ ਕਰਤੇ ਹੋ? ਸਰ ਇਨਸਾਫ ਮਿਲੇ, ਮੇਰੇ ਬੱਚੋ ਕੇ ਉੱਪਰ ਹਮਲਾ ਹੋਇਆ, ਇਹ ਹਮਲਾ ਮੇਰੇ ਆਪਣੇ ਮੇਰੇ ਬੱਚੋ ਕੇ ਉੱਪਰ ਹਮਲਾ ਹੋਇਆ, ਇਤਨੀ ਤੇ ਬਸੀ ਕਿਸੇ ਮੇਰੇ ਬੱਚੇ ਕੋ ਲੱਗ ਜਾਤੀ ਤੋ ਮੇਰਾ ਕਿਆ ਹੁੰਦਾ? ਇਲਾਕਾ ਧਰਮਪੁਰਾ? ਨਹੀਂ ਸਰ, ਇਹ ਰਣਜੀਤ ਸਿੰਘ ਪਾਰਕ ਹੈ। ਥਾਣਾ ਕੌਣ ਸਾ ਪੜਤਾ ਹੈ? ਇਹ ਸਿੰਘਾਰ ਚੁੱਕੀ ਪੜਤੀ ਹੈ ਥਾਣਾ, ਇਹ ਪੜਤਾ ਜੀ 3 ਨੰਬਰ ਜੀ। ਇੱਥੇ ਸਵੇਰੇ 5-4 ਜਣੇ ਉਹ 2 ਆਦਮੀ ਜਨਾਨੀ ਸੀਗੇ ਅਤੇ ਉਹਨਾਂ ਦੇ ਬੱਚੇ ਸੀ 2-3,
ਉਹ ਆਏ ਉਹਨਾਂ ਨੇ ਇੱਕੋਦਮ ਇੱਥੇ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇਹਨਾਂ ਦੇ ਘਰ ਅੱਗੇ ਅੰਦਰ ਘੁਸ ਗਏ ਅਤੇ ਇਹਨਾਂ ਦੀ ਵਾਈਫ ਨੂੰ ਵੀ ਇੰਜਰਡ ਕੀਤਾ ਹੈਗਾ। ਕੀ ਮਾਮਲਾ ਕੀ ਸੀ, ਕਿਉਂ ਮਾਰੀਆਂ, ਕੁਛ ਕੁਛ ਪਤਾ ਲੱਗਿਆ? ਕੋਈ ਗੱਲ ਦਾ ਨਹੀਂ ਪਤਾ ਲੱਗਿਆ, ਉਹ ਥੱਲੋਂ ਇੱਟਾਂ ਮਾਰਦੇ ਪਏ ਸੀਗੇ, ਅਸੀਂ ਉੱਪਰੋਂ ਕਹੀ ਜਾਂਦੇ ਹਾਂ ਵੀ ਕੀ ਗੱਲ ਹੋ ਗਈ। ਕੋਈ ਪੈਸਿਆਂ ਦਾ ਲੈਣ ਦੇਣ ਦੱਸਿਆ ਜਾ ਰਿਹਾ ਇਹਨਾਂ ਦਾ? ਚਲੋ ਜੋ ਪੈਸਿਆਂ ਦਾ ਲੈਣ ਦੇਣ ਹੈ ਅਗਲੀ ਦੁਕਾਨ 'ਤੇ ਹੋਣਾ ਚਾਹੀਦਾ, ਘਰ ਆ ਕੇ ਤਾਂ ਇੱਦਾਂ ਵਾਰ ਕਰਨ ਦਾ ਬੜਾ ਦੁੱਖ ਵਾਲੀ ਗੱਲ ਆ। ਕਿੰਨੇ ਕੁ ਜਾਣੇ ਸੀ ਉਹ? 5-6 ਜਣੇ ਹੈਗੇ ਸੀਗੇ। ਕੋਈ ਜ਼ਖਮੀ ਵੀ ਹੋਏ ਇਹਨਾਂ ਦੇ? ਹਾਂਜੀ, ਇਹਨਾਂ ਦੀ ਵਾਈਫ ਜ਼ਖਮੀ ਹੋਈ ਹੈ, ਇਹਨਾਂ ਦਾ ਇੱਕ ਸਾਲ ਆ, ਉਹਨੂੰ ਵੀ ਸੱਟ ਲੱਗੀ ਆ। ਕੋਈ ਨੁਕਸਾਨ ਵਗੈਰਾ ਵੀ? ਨੁਕਸਾਨ ਕਾਫੀ ਹੋਇਆ ਅੰਦਰ। ਕੋਈ ਸੀਸੀਟੀਵੀ ਵਗੈਰਾ ਲੱਗੇ? ਹਾਂਜੀ, ਆਈ ਹੈ ਵੀਡੀਓ, ਆਈ ਹੈ ਮੋਬਾਈਲ 'ਤੇ। ਤੁਹਾਡਾ ਨਾਲ ਦਾ ਗੁਆਂਢੀ ਵੀ ਹੋਊ? ਅਸੀਂ ਸਾਹਮਣੇ ਰਹਿੰਦੇ ਹਾਂ ਜੀ। ਸਾਹਮਣੇ ਰਹਿੰਦੇ? ਹਾਂ ਹਾਂ। ਅਤੇ ਮੌਕੇ 'ਤੇ ਪੁਲਿਸ ਪਹੁੰਚ ਗਈ ਸੀ? 10 ਮਿੰਟ 10 ਕੁ ਮਿੰਟ ਬਾਅਦ ਆ ਗਈ ਸੀ ਪੁਲਿਸ। ਮੰਗ ਇਹੀ ਕਰਦੇ ਹਾਂ ਜੀ, ਇੱਕ ਤਰ੍ਹਾਂ ਮੁਹੱਲੇ 'ਚ ਦਹਿਸ਼ਤਗਰਦੀ ਫੈਲਦੀ ਹੈ, ਸਵੇਰੇ ਸਵੇਰੇ ਆ ਕੇ ਹਰ ਕੋਈ ਆਪਣਾ ਕੰਮ ਕਾਰ ਲੱਗਾ ਹੁੰਦਾ, ਕੱਲ੍ਹ ਨੂੰ ਉਨੀ ਕੀ ਕਰਦੇ ਨੇ ਸਵੇਰੇ ਆ ਕੇ ਅਗਲੇ ਦੇ ਘਰ, ਰਾਤੀ ਵਧਾਤੀ ਕੋਈ ਨਹੀਂ। ਕੀ ਲੱਗਦਾ ਜਿਵੇਂ ਇੱਟਾਂ ਬਸ ਸਾਰੇ ਕਿਸੇ ਆਲੇ ਦੁਆਲੇ ਕਿਸੇ ਹੋਰ ਵੀ ਵੱਜ ਸਕਦੇ? ਹਾਂਜੀ, ਕਿਸੇ ਹੋਰ ਵੀ ਵੱਜ ਸਕਦੀ ਸੀ ਜੀ। ਕੱਲ੍ਹ ਨੂੰ ਕਿਸੇ ਦੇ ਇੱਟ ਵੱਜ ਜਾਂਦੀ, ਕੌਣ ਭਰਦਾ ਉਹਦਾ ਜ਼ਿੰਮੇਵਾਰ? ਹਥਿਆਰ ਵਗੈਰਾ ਵੀ ਸੀ ਉਹਨਾਂ ਕੋਲ? ਹਾਂਜੀ, ਹੈਗੇ ਸੀ ਹਥਿਆਰ, ਦੀ ਦਾਤ ਦੂਤ ਹੈਗੇ ਸੀ ਉਹਨਾਂ ਕੋਲ। ਅੱਛਾ ਜੀ, ਹਾਂਜੀ। ਅਤੇ ਮੌਕੇ 'ਤੇ ਪੁਲਿਸ ਪਹੁੰਚੀ, ਕਿੱਦਾਂ ਦੀ ਕਾਰਵਾਈ ਕਰ ਰਹੀ ਹੈ? ਪੁਲਿਸ ਤਾਂ ਆਪਣੀ ਕਾਰਵਾਈ ਕਰ ਗਈ ਹੈ ਜੀ, ਹੁਣ ਕਹਿੰਦੇ ਤੁਸੀਂ ਪਰਚਾ ਕਰਾਓ ਇੱਕ ਵਾਰੀ ਜਾ ਕੇ, ਫਿਰ ਅੱਗੇ ਦੀ ਲੈ ਗਏ। ਹਾਂਜੀ, ਸੀਸੀਟੀਵੀ ਲੈ ਗਏ ਜੀ। ਇਹ 8:30 ਵਜੇ ਸਵੇਰੇ ਕਿਰਪਾਲ ਨਗਰ ਤੋਂ ਕੁਛ ਗੁੰਡਾ ਅਨਸਰ ਆਏ ਨੇ, ਉਹਨਾਂ ਨੇ ਆ ਕੇ, ਇਹ ਸਾਡਾ ਕੱਪੜੇ ਦਾ ਵਪਾਰੀ ਆ, ਉੱਥੇ ਆ ਕੇ ਇਹਨਾਂ ਨੇ ਹਮਲਾ ਕੀਤਾ ਜੀ, ਔਰ ਉਹਦੀ ਘਰਵਾਲੀ ਨੂੰ ਮਾਰਿਆ, ਉਹਦੀ ਗੁੜੀਆ ਨੂੰ ਮਾਰ ਕੇ ਗਿਆ, ਇੱਟਾਂ ਮਾਰੀਆਂ ਨੇ, ਬੁਰਾ ਹਾਲ ਕਰਕੇ ਨੇ ਆ ਕੇ, ਬੁਰਾ ਹਾਲ ਕਰਕੇ ਵੀਰ ਜੀ ਆ ਕੇ ਉਹ, ਔਰ ਗੁੰਡਾਗਰਦੀ ਦਾ ਸ਼ਰਿਆਮ ਨੰਗਾ ਨਾਚ ਨਚਾਇਆ ਇਹਨਾਂ ਨੇ। ਦੇਖੋ ਜੀ, ਸਾਡਾ ਵਪਾਰੀ ਵਰਗ ਆ, ਉਹ 1,60,000 ਰੁਪਈਆ ਇਹਨੇ ਲੈਣਾ ਸੀਗਾ, ਇਹਨੇ ਕਾਲ ਕੀਤੀ, ਪਤੀ ਨੂੰ ਉਹਨਾਂ ਦੇ ਦਿਮਾਗ 'ਚ ਕੀ ਆਇਆ, ਕਾਰ ਆ ਕੇ ਉਹਦੀ ਘਰ ਵਾਲੀ ਹੁਣ ਵੀ ਸਿਵਲ ਹਸਪੀਟਲ ਐਡਮਿਟ ਆ ਜੀ। ਹਾਂਜੀ, ਕਿੰਨੇ ਕੁ ਬੰਦੇ ਜ਼ਖਮੀ ਹੋ ਗਏ? ਜ਼ਖਮੀ ਇਹਨਾਂ ਵੱਲੋਂ ਤਾਂ ਦੋ ਜਣੇ ਜ਼ਖਮੀ ਹੋਏ ਨੇ ਜੀ, ਸਿਰ 'ਚ ਸੱਟ ਆ, ਹੁਣ ਡਾਕਟਰ ਸਾਹਿਬ ਨੇ MRI ਰੈਫਰ ਕੀਤਾ ਵਾ, ਲੈ ਕੇ ਚੱਲਿਆ ਜੀ ਉੱਧਰ ਉਹਨਾਂ ਨੂੰ। ਤੋੜ ਫੋੜਾ ਰੱਖੋ, ਦੇਖੋ ਆ ਸ਼ੀਸ਼ੇ ਤੋੜ ਕੇ ਗਏ ਆ, ਐਕਟਿਵਾ ਤੋੜ ਕੇ ਗਏ ਆ, ਇਨੋਵਾ ਬਣ ਕੇ ਗਏ ਆ, ਆ ਮੋਟਰਸਾਈਕਲ ਲੰਮਾ ਪਾਇਆ, ਦੇਖੋ ਤੁਹਾਡੇ ਸਾਹਮਣੇ ਆ ਸਾਰਾ। ਮੌਕੇ 'ਤੇ ਮੇਰੀ ADCP ਵਨ ਨਾਲ ਗੱਲ ਹੋਈ ਸੀ, ਏਰੀਆ SHO ਸਾਹਿਬ ਨਾਲ ਗੱਲ ਹੋਈ, ਏਰੀਆ ACP ਸੈਂਟਰਲ ਨਾਲ ਗੱਲ ਹੋ ਗਈ ਸੀ ਮੇਰੀ, ਚੌਂਕੀ ਇੰਚਾਰਜ ਮੌਕੇ 'ਤੇ ਆ ਗਏ ਸੀਗੇ, ਬੰਦੀ ਕਾਰਵਾਈ ਕਰ ਰਹੇ ਆ, ਉਹਨਾਂ ਨੇ ਰੇਡ ਵੀ ਕਰ ਲਈ ਉਹਨਾਂ ਦੇ ਘਰ 'ਤੇ। ਕੋਈ ਬੰਦੇ ਫੜੇ ਵੀ ਗਏ? ਹਾਂ, ਇੱਕ ਉਹਨਾਂ ਦਾ ਲੜਕਾ ਫੜਿਆ ਗਿਆ ਜਿਹੜਾ, ਉਹ ਇੱਕ ਛੋਟਾ ਲੜਕਾ ਫੜਿਆ ਗਿਆ ਵਾ, ਔਰ ਮੌਕੇ 'ਤੇ ਉਹ ਜਾ ਕੇ ਬੰਦੇ ਸੀ, ਉਹ ਟੋਟਲ 4-5 ਜਣੇ ਸੀਗੇ, ਬਾਕੀ ਜਿਹੜੇ ਮੌਕੇ 'ਤੇ ਸੀਗੇ ਉਹ ਦੱਸਣਗੇ, ਕੁਛ ਪੜੋਸੀ ਨੇ ਉਹ ਤੁਹਾਡੇ ਨਾਲ ਗੱਲ ਕਰਨੀ ਜਾਂਦੇ ਨੇ। ਦੱਸੋ ਜੀ, ਹਥਿਆਰ ਵਗੈਰਾ ਵੀ ਸੀਗੇ ਉਹਨਾਂ ਕੋਲ? ਨਹੀਂ, ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਕਿ ਇਹ ਦੱਸਣਗੇ। ਹਥਿਆਰ ਨਹੀਂ ਸੀਗੇ, ਜੋ ਮੇਰਾ ਨਾਮ ਕਪਿਲ ਹੈ ਜੀ, ਜਿਸ ਟਾਈਮ ਉਹ ਇੱਟਾਂ ਚਲਾ ਰਹੇ ਸੀ ਨਾ, ਉਹ ਸਾਰੇ ਜਿਹੜੇ ਸੀਗੇ ਸਭ ਆਪਣੇ ਆਪਣੇ ਘਰਾਂ ਪਿੱਛੇ ਚਲੇ ਗਏ, ਮੈਂ ਇੱਥੇ ਇਕੱਲਾ ਬੰਦਾ ਵਿੱਚ ਖੜਾ ਸੀ। ਇਹ ਸਿਰਫ ਜਿਨ੍ਹਾਂ ਦਾ ਘਰ ਹੈ ਬਚੇ ਤਾਂ ਹੈ, ਜਦੋਂ ਇੱਟ ਮਾਰਦੇ ਸੀ ਉਹ ਵਿਚਾਰੇ ਸਲਾਈਡਿੰਗ ਦਰਵਾਜ਼ਾ ਬੰਦ ਕਰ ਲੈਂਦੇ ਸੀ, ਉਹ ਬਚ ਜਾਂਦੇ ਸੀ, ਉਹ ਅਸਲ 'ਚ ਨਾਲ ਘਰ ਬਣਦਾ ਪਿਆ, ਇੱਥੋਂ ਉਹਨਾਂ ਨੇ ਇੱਟਾਂ ਚੱਕ ਚੱਕ ਕੇ ਬਹੁਤ ਮਾਰੀਆਂ, ਉਹਨਾਂ ਦੇ ਸ਼ੁਕਰ ਹੈ ਕਈ ਕੁਛ ਤੋੜ ਦੇਣਾ ਸੀ, ਇਹਨਾਂ ਦੀ ਬੇਟੀ ਵਿਚਾਰੀ ਇੱਕ ਅੱਧ ਉਹਨਾਂ ਧੱਕਾ ਮਾਰਿਆ, ਉਹ ਵਿਚਾਰੀ ਲੋਕੀ ਪਿੱਛੇ ਇਨੋਵਾ ਦੇ, ਇਹਨਾਂ ਦੀ ਮਿਸੀ ਦੇ ਵੀ ਮਾਰ ਗਏ ਇੱਥੇ, ਅਟੈਕ ਕਰ ਗਏ, ਕੁਛ ਹੋਰ ਵੀ ਲੱਗੇ ਹੋਣ। ਹਾਂਜੀ, ਥੋੜੀ ਦੇਰ 'ਚ ਪੁਲਿਸ ਆ ਗਈ ਸੀ, ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਸੀ। ਦੋਨੇ ਪਰਿਵਾਰ ਵਪਾਰੀ ਨੇ, ਦੋਨੇ ਪਰਿਵਾਰ, ਤੇ ਇੱਕ ਪਾਸੇ ਹੈਗਾ ਮੁਹੰਮਦ ਖਿਲਾਫ ਤੇ ਦੂਸਰੇ ਪਾਸੇ ਹੈਗੇ ਨੇ ਅਨਿਲ, ਅਤੇ ਦੋਨਾਂ ਦਾ ਆਪਸ ਪਾਰਟੀਆਂ ਦਾ ਪੈਸੇ ਤਾਂ ਲੈਣ ਦੇਣ ਸੀਗਾ, ਅਤੇ ਉਹਦੇ ਵਿੱਚ ਥੋੜ੍ਹੀ ਜਿਹੀ ਉਹਨਾਂ ਦੀ ਕਹਾ ਸੁਣੀ ਜੀ ਆ ਗਈ ਆਪਸ ਦੇ ਵਿੱਚ ਪੈਸੇ ਤਾਂ ਲੈਣ ਦੇਣ ਨੂੰ, ਅਤੇ ਬਾਕੀ ਦੋਨੇ ਪਾਰਟੀਆਂ ਬੈਠੀਆਂ ਨੇ, ਪੰਚਾਇਤਾਂ ਆਈਆਂ ਹੋਈਆਂ ਨੇ, ਅਤੇ ਜੋ ਵੀ
ਕਾਨੂੰਨ ਮੁਤਾਬਕ ਜੋ ਵੀ ਘਰ ਦੇ ਵਿੱਚ ਇੱਟਾਂ ਮਾਰ ਕੇ ਅਤੇ ਹਥਿਆਰ ਵਗੈਰਾ ਹਮਲਾ ਕੀਤਾ ਗਿਆ, ਘਰ ਦੇ ਇਹਨਾਂ ਦੇ ਜ਼ਖਮੀ ਵੀ ਹੈ ਨਿੱਜੀ ਹੋਸਪਿਟਲ ਦੇ ਵਿੱਚ? ਦੇਖੋ ਸੱਟ ਤਾਂ ਲੱਗੀ ਹੈ, ਬਾਕੀ ਹਥਿਆਰਾਂ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਅਤੇ ਉੱਥੇ ਇੱਟਾਂ ਰੋੜੇ ਥੋੜ੍ਹੀ ਜਿਹੀ ਇਲਾਕੇ ਦੇ ਲੋਕ ਕਹਿੰਦੇ ਦਹਿਸ਼ਤ ਫੈਲੀ ਇਲਾਕੇ ਦੇ ਵਿੱਚ। ਬਾਕੀ ਠੀਕ ਹੈ ਜੀ, ਮੌਕੇ 'ਤੇ ਸਾਡੀ ਪੁਲਿਸ ਪਾਰਟੀ ਵੀ ਜਾਇਆ ਸੀਗੇ, ਸਾਰੇ ਜਾਇਆ ਸੀਗੇ, ਅਤੇ CCTV ਅਸੀਂ ਚੈੱਕ ਕਰ ਰਹੇ ਹਾਂ ਅਤੇ ਬਾਕੀ ਪੰਚਾਇਤਾਂ ਆਈਆਂ ਸਟੇਟਮੈਂਟ ਲੈ ਕੇ ਜੋ ਵੀ ਕਾਰਵਾਈ ਹੋਵੇਗੀ ਕਾਨੂੰਨੀ ਕਾਰਵਾਈ ਕੀਤੀ।